BMS Pictures presents. ਜਿਹਨਾਂ ਨੂੰ ਆਪਾਂ ਲਾਡੀ ਸ਼ਾਹੀ ਕਹਿੰਦੇ ਹਾਂ ਉਹ ਮੇਰੇ ਚਾਚਾ ਜੀ, ਜਿਹਨਾਂ ਨੂੰ ਆਪਾਂ ਬਾਬਾ ਮਲਾਜ ਸ਼ਾਹ ਕਹਿੰਦੇ ਹਾਂ ਉਹ ਗਾਂ ਉਹਨਾਂ ਦੇ ਚਾਚਾ ਜੀ। ਛੇਵਾਂ ਸ਼ਖਸ ਇੱਕੋ ਹੀ ਘਰ ਦੇ ਵਿੱਚੋਂ ਤੁਹਾਡੇ ਸਾਹਮਣੇ ਬੈਠਾ। ਸਾਡਾ ਪਰਿਵਾਰ ਜਿਹੜਾ ਵਾ ਜੈਲਦਾਰਾਂ ਦਾ ਪਰਿਵਾਰ ਵਾ ਜੀ। ਆਹ ਹੁਣ ਮੰਤਰੀ ਮੰਡਲ ਚੱਲੇ, ਪਹਿਲਾਂ ਜੈਲਦਾਰੀਆਂ ਹੁੰਦੀਆਂ ਸੀ। ਬਾਬੇ ਮਲਾਜ ਸ਼ਾਹ ਜੀ ਦੇ ਪਿਤਾ ਜੀ ਜਿਹੜੇ ਆ ਜੈਲਦਾਰ ਖਵਾਉਂਦੇ ਸੀ। ਸਾਡਾ ਪਰਿਵਾਰ ਜੈਲਦਾਰਾਂ ਦਾ ਪਰਿਵਾਰ ਵੱਜਦਾ। ਬਾਬਾ ਜੀ ਦੀ ਪ੍ਰੋਪਰਟੀ ਘਰ ਦੀ 40 ਦੁਕਾਨਾਂ ਆਪਣੀਆਂ ਦੱਖਣੀ ਅੱਡੇ ਬਜ਼ੁਰਗਾਂ ਨੇ ਬਣਾ ਕੇ ਕਿਰਾਏ 'ਤੇ ਦਿੱਤੀਆਂ ਆ। ਕਰਿਆਨੇ ਦੀ ਦੁਕਾਨ, ਤੇਲ ਦਾ ਡੀਪੂ ਸਾਡਾ ਘਰ ਦਾ। ਅਸੀਂ ਦੋ ਭਰਾ ਲਾਡੀ ਸ਼ਾਹੀ, ਪੰਜ ਭਰਾ ਸੀ। ਬਾਬਾ ਮਲਾਜ ਸ਼ਾਹ ਜੀ ਤਿੰਨ ਭਰਾ ਸੀ। ਅਸੀਂ ਤੁਹਾਡੀ ਸੇਵਾ 'ਚ ਆ ਗਿਆ, ਉਹਨੂੰ ਛੱਡਿਆ। 125 ਖੱਤੇ ਪੈਲੀ ਹੈ ਆਪਣੀ। ਆ ਹਾਈਵੇ 'ਤੇ ਹਵੇਲੀ ਵੇਖੀ ਹੋਣੀ, ਇੱਦਾਂ ਦੇ ਹੋਰ ਵੀ ਪਲਾਟ ਹੈ। ਭਾਵੇਂ ਆਪਾਂ ਪੈਟਰੋਲ ਪੰਪ ਲਾ ਲਈਏ, ਆਪਾਂ ਪੈਸਿਆਂ ਕਰਕੇ ਨਹੀਂ ਇਸ ਲਾਈਨ 'ਚ ਪਏ। ਇਹ ਸਾਡੇ ਖਾਨਦਾਨ ਨੂੰ ਮੌਕਾ ਮਿਲਿਆ ਤੁਹਾਡੀ ਸੇਵਾ ਕਰਨ। ਸੁਣੀਓ ਗੌਰ ਨਾਲ ਗੱਲਬਾਤ ਬਾਬਾ ਜੀ ਦੀ ਕਹਾਣੀ। ਇਹ ਨਹੀਂ ਵੀ ਭਗਨੇ ਪਾਲੇ ਸਾਧ ਬਣ ਗਏ, ਕੰਨ ਪੜਵਾਲੇ ਰਾਂਝੇ ਬਣ ਗਏ। ਗੁਣ ਵੀ ਉੱਦਾਂ ਦੇ ਹੋਣੇ ਚਾਹੀਦੇ ਜਿਹਨਾਂ ਨੂੰ ਆਪਾਂ ਬਾਬਾ ਮਲਾਜ ਸ਼ਾਹ ਕਹਿੰਦੇ। ਇਹਨਾਂ ਦਾ ਨਾਂ ਸੀ ਵਿਦਿਆ ਸਾਗਰ। ਬਹੁਤ ਤਕੜੇ ਅਫਸਰ ਸੀ ਪੂਨੇ, ਬੰਬੇ ਦੇ ਕੋਲ ਪੂਨਾ ਸ਼ਹਿਰ। ਉੱਥੇ ਬੜੇ ਤਕੜੇ ਅਫਸਰ ਸੀ, ਬਿਜਲੀ ਬੋਰਡ ਦੇ ਵਿੱਚ ਐਕਸੀਅਨ ਦੀ ਨੌਕਰੀ ਕਰਦੇ। ਬਾਬਾ ਜੀ ਦੇ ਪਿਤਾ ਜੀ ਨੇ ਕਿਸੇ ਬਜ਼ੁਰਗ ਦੀ ਸੇਵਾ ਪਾਣੀ ਕੀਤੀ, ਉਹ ਉਹਨਾਂ ਤੋਂ ਖੁਸ਼ ਹੋ ਕੇ ਕਹਿੰਦੇ ਮਾਂਗ ਕਿਆ ਮੰਗਦਾ ਹੈ। ਹੁਣ ਕਹਿਣ ਲੱਗੇ ਮਹਾਰਾਜ ਧਨ ਦੌਲਤ ਬਥੇਰਾ, ਮਹਾਰਾਜ ਦਾ ਦਿੱਤਾ ਇੱਕ ਰੱਬ ਦਾ ਨਾਂ ਚਾਹੀਦਾ। ਕਹਿੰਦੇ ਇੱਕ ਨਹੀਂ ਦੋ ਦੋ ਤੁਹਾਡੇ ਖਾਨਦਾਨ ਮੈਂ ਭਗਵਾਨ ਦਾ ਨਾਮ ਲੈਣ ਵਾਲੇ ਪੈਦਾ ਹੋਣਗੇ। ਉਹ ਫਕਰ ਬਹੁਤ ਪੁੱਜੇ ਸੀ, ਉਹ ਆਪਣੀ ਗੱਲਬਾਤ ਕਹਿ ਕੇ ਚਲੇ ਗਏ। ਹੁਣ ਬਾਬੇ ਮਲਾਜ ਸ਼ਾਹ ਜੀ ਨੂੰ ਉੱਧਰ ਖੇਡ ਆ ਗਈ। ਬਾਬਾ ਜੀ ਤੋਂ ਛੋਟੇ ਭਾਈ ਸੀਗੇ, ਉਹਨਾਂ ਨੂੰ ਇੱਥੇ ਆ ਗਏ, ਮਸਤੀ 'ਚ ਆ ਗਏ। ਬਾਬਾ ਜੀ ਨੌਕਰੀ ਛੱਡਿਆ, ਨੌਕਰੀ ਛੱਡ ਦਿੱਤੀ। ਹੁਣ ਸਫ਼ਰ ਸੀਗਾ ਕਾਫ਼ੀ। ਰਾਹ ਦੇ ਵਿੱਚ ਉਹਨਾਂ ਨੇ ਟਾਈਮ ਪਾਸ ਕਰਨ ਲਈ ਵਾਰਿਸ ਸ਼ਾਹ ਦੀ ਹੀਰ ਲਈ। ਹੀਰ ਪੜ੍ਹਦੇ ਪੜ੍ਹਦੇ ਨਕੋਦਰ ਆ ਗਏ। ਜਿੱਦਾਂ ਜੰਗਲ ਏਰੀਆ, ਇੱਦਾਂ ਉੱਧਰ ਵੀ ਜੰਗਲ ਏਰੀਆ ਸੀ। ਇਹ ਸ਼ਮਸ਼ਾਨ ਘਾਟ ਆ, ਮੈਨੂੰ ਇੱਥੇ 36 ਸਾਲ ਹੋ ਗਏ। ਇੱਦਾਂ ਹੁੰਦਾ ਸੀ ਜਦੋਂ ਮੈਂ ਦਿੱਲੀ ਕੰਮ ਕਰਦਾ ਸੀ, ਮੈਨੂੰ ਕੰਨੋਂ ਫੜ ਕੇ ਇੱਥੇ ਲੈ ਕੇ ਆਏ ਬਾਬੇ। 16 ਸਾਲ ਦੀ ਮੇਰੀ ਉਮਰ ਸੀ। ਬਾਬਾ ਜੀ ਹੀਰ ਪੜ੍ਹਦੇ ਪੜ੍ਹਦੇ ਆ ਗਏ ਨਕੋਦਰ। ਉੱਧਰ ਪਹਿਲਾਂ ਮਸੀਤ ਸੀਗੀ, ਉੱਧਰਲਾ ਡੇਰਾ ਆਪਾਂ ਵੇਖਿਆ। ਉਹ ਪਹਿਲਾਂ ਕੱਲੀ ਮਸੀਤ ਸੀਗੀ ਅੰਦਰ, ਜਿੱਥੇ ਪੌੜੀ ਚੜ੍ਹ ਕੇ ਅੰਦਰ ਜਾਂਦੇ। ਬਾਕੀ ਸਭ ਤਲਾਅ ਸੀਗਾ, ਆਲੇ ਦੁਆਲੇ ਸਭ ਜੰਗਲ ਏਰੀਆ ਸੀ। ਹੁਣ ਜਦੋਂ ਬਾਬਾ ਜੀ ਆਪਣੇ ਘਰ ਵੱਲ ਨੂੰ ਜਾ ਰਿਹਾ, ਕੋਣੇ 'ਤੇ ਬਾਬੇ ਸ਼ੇਰੇ ਸ਼ਾਹ ਜੀ ਦਾ ਸਥਾਨ ਸੀਗਾ। ਬਾਬਾ ਸ਼ੇਰੇ ਸ਼ਾਹ ਜੀ ਪਾਕਿਸਤਾਨ 'ਚੋਂ ਆਏ ਸੀਗੇ, ਸ਼ਕੀਰ ਮਾਸਟਰ ਸੀਗੇ, ਬਹੁਤ ਪੁੱਜੇ ਹੋਏ। ਉਹਨਾਂ ਨੇ ਆਪਣਾ ਡੇਰਾ ਲਾਇਆ ਹੁੰਦਾ ਸੀ, ਉਹਨਾਂ ਨੇ ਲਾਗੇ ਦਾ ਇੱਟਾਂ ਰੱਖੀਆਂ ਹੁੰਦੀਆਂ ਸੀ, ਜੇ ਕੋਈ ਆ ਗਿਆ ਲੋਕਾਂ ਦੇ ਮਾਰਨ ਲੱਗ ਪੈਣੀਆਂ ਵੀ ਮੈਨੂੰ ਕੋਈ ਛਿੱਕ ਕੇ ਤਾਂ ਮੇਰੇ ਲਾਗੇ ਨਾ ਕੋਈ ਆ ਗਿਆ ਸੀਗੇ, ਬਹੁਤ ਪੁੱਜੇ ਹੋਏ। ਉਹ ਆਪਣੇ ਆਪ ਨੂੰ ਇੱਦਾਂ ਰੱਖਦੇ ਹੁੰਦੇ ਸੀ, ਦੇਖਣ ਵਾਲਾ ਸਮਝੇ ਵੀ ਜਿੱਦਾਂ ਕੋਈ ਪਾਗਲ ਆ, ਪਾਗਲ ਬੰਦਾ ਬੈਠਾ। ਹੁਣ ਬਾਬਾ ਜੀ ਆਪਣੇ ਘਰ ਵੱਲ ਨੂੰ ਜਾ ਰਹੇ ਆ।
ਆਪਣੀ ਹਵੇਲੀ ਏਦਾਂ ਦੀ ਆ, ਸ਼ਹਿਰ 'ਚ ਕਿਸੇ ਦੀ ਹਵੇਲੀ ਨਹੀਂ ਉਹਦਾ। ਮੇਲੇ ਤਾਂ ਤੁਸੀਂ ਦੇਖੀ ਵੀ ਹੋਣੀ ਕਈਆਂ ਨੇ। ਹੁਣ ਬਾਬਾ ਜੀ ਘਰ ਨੂੰ ਜਾ ਰਿਹਾ ਤੇ ਕੋਨੇ ਤੇ ਬਾਬਾ ਸ਼ੇਰੇ ਸ਼ਾਹ ਜੀ ਬੈਠੇ, ਉਹਨਾਂ ਨੇ ਬਾਬਾ ਜੀ ਦਾ ਨਾਂ ਲੈ ਕੇ ਆਵਾਜ਼ ਮਾਰੀ, ਕਹਿੰਦੇ ਉਹ ਵਿਦਿਆ ਸਾਗਰ ਇੱਧਰ ਆ। ਇਹਨਾਂ ਨੂੰ ਕੁਝ ਤਾਂ ਪਿੱਛੇ ਗੱਲਬਾਤ ਚੜੀ ਸੀ, ਕੁਝ ਹੀਰ ਪੜੀ ਸੀਗੀ, ਕੁਝ ਮੋਹਰੇ ਬਾਬਾ ਜੀ ਨੇ ਨਾਂ ਲੈ ਕੇ ਉਹ ਤੀਜਾ ਨੇਤਰ ਖੋਲ ਦਿੱਤਾ, ਕਹਿੰਦੇ ਉਹ ਵਿਦਿਆ ਸਾਗਰ ਇੱਧਰ ਆ। ਇਹ ਜਦੋਂ ਖੋਲ ਗਏ ਕਹਿੰਦੇ ਕਿੱਦਾਂ ਬਈ ਫਕੀਰ ਬਣਨਾ, ਕਹਿੰਦੇ ਹਾਂਜੀ ਫਕੀਰ ਬਣਨਾ, ਜਾਂ ਫਿਰ ਕਹਿੰਦੇ ਆਪਣੇ ਘਰਦਿਆਂ ਨੂੰ ਮਿਲ ਕੇ ਇਲਾਜ ਕਰੀ। ਹੁਣ ਘਰਦਿਆਂ ਨੂੰ ਮਿਲ ਗਿਲ ਕੇ ਗੁਰੂ ਦੀ ਸੇਵਾ ਕਰਨ ਲੱਗ ਪਏ, ਗੁਰੂ ਦੀ ਸੇਵਾ ਕਰਨ ਲੱਗ ਪਏ। ਲੋਕਾਂ ਨੇ ਸਾਡੇ ਬਾਊ ਜੀ ਨੂੰ ਕਹਿਣਾ, ਲਾਡੀ ਸਾਈਂ ਦੇ ਪਿਤਾ ਜੀ ਬਾਬਾ ਜੀ ਦੇ ਬੜੇ ਭਾਈ, ਕਹਿਣਾ ਜੈਦਰ ਉਹ ਤੇਰਾ ਭਰਾ ਦੇ ਉਹ ਕਿੰਨਾ ਪੜ੍ਹਿਆ ਲਿਖਿਆ, ਨੌਕਰੀ ਛੱਡ ਕੇ ਆ ਗਿਆ, ਆ ਕਮਰੇ 'ਚ ਇਹਦੇ ਮਗਨ ਲੱਗਾ, ਇਹਦੇ ਨੁਕਸ ਪੈ ਗਿਆ ਦਿਮਾਗ 'ਚ, ਇਹਦਾ ਇਲਾਜ ਕਰਾਓ। ਬਾਬੇ ਸਾਡੇ ਕੋਲ ਖੁੰਡੀ ਹੁੰਦੀ ਸੀ, ਬਾਬੇ ਨੇ ਕੁੱਟ ਕੱਟ ਕੇ ਘਰੇ ਲੈ ਆਉਣਾ ਬਾਬਾ ਜੀ ਨੂੰ। ਬਾਬਾ ਜੀ ਦਾ ਆਪਣਾ ਆਦਰ ਮਾਣ ਕਰਦੇ ਸੀ, ਮੇਰਾ ਬੜਾ ਭਾਈ ਆ ਵੀ ਮੈਂ ਇਹਨੂੰ ਕੁਛ ਨਹੀਂ ਕਹਿਣਾ। ਬਾਬੇ ਸਾਡੇ ਨੇ ਤਾਂ ਲੋਕਾਂ ਨੇ ਚੱਕ ਦੇਣਾ, ਬਾਬੇ ਨੇ ਕੁੱਟ ਕੇ ਘਰੇ ਲੈ ਆਉਣਾ। ਬਾਬਾ ਜੀ ਨੇ ਕਈ ਵਾਰੀ ਆਪਣੀ ਮੌਤ 'ਚ ਆਉਣਾ, ਉਹਨਾਂ ਨੇ ਕਹਿਣਾ ਆਪਣੇ ਭਰਾ ਨੂੰ, ਕਹਿਣਾ ਲਾਲਾ ਬੰਦ ਕਰਦੇ ਕੁੱਟ ਕਟਾਪੇ ਵਾਲੇ ਕੰਮ, ਬੰਦ ਕਰਦੇ, ਦੇਖੀ ਜਾ ਇਹ ਪਿੱਛੇ ਹੀ ਆਈ ਆ, ਪਤਾ ਸਾਨੂੰ ਵੀ ਨਹੀਂ ਆ, ਇਹ ਕੁੱਟ ਕਟਾਪੇ ਵਾਲੇ ਕੰਮ ਬੰਦ ਕਰਦੇ, ਇਹ ਗੱਲਬਾਤ ਜਿਹੜੀ ਆਈ ਆ ਅਸੀਂ ਆਪਣੇ ਨਾਲ ਹੀ ਲੈ ਜਾਵਾਂਗੇ, ਤੂੰ ਆ ਜਿਹੜਾ ਰੋਜ਼ ਸਾਨੂੰ ਕੁੱਟ ਕਟਾਪਾ ਜਿਹਾ ਕੰਮ ਸ਼ੁਰੂ ਕੀਤਾ ਇਹ ਬੰਦ ਕਰ। ਹੁਣ ਬਾਬਾ ਆਪਣੀ ਗੱਲ 'ਤੇ ਅੜਿਆ ਸੀ, ਉਹ ਕਹਿੰਦਾ ਨਹੀਂ ਮੈਂ ਤੈਨੂੰ ਇੱਧਰ ਨੂੰ ਨਹੀਂ ਲੱਗਣ ਤੇਰਾ, ਮੈਂ ਤੈਨੂੰ ਹਟਾ ਕੇ ਹਟ। ਇੱਕ ਦਿਨ ਕੁੱਟ ਕੱਟ ਕੇ ਜਦੋਂ ਬਾਬਾ ਜੀ ਨੂੰ ਘਰੇ ਲੈ ਕੇ ਆਉਂਦਾ, ਬਾਬਾ ਜੀ ਨੇ ਬਾਬੇ ਦੀ ਖੁੰਡੀ ਫੜ ਕੇ ਤੋੜ ਦਿੱਤੀ, ਕਹਿੰਦੇ ਫਿਰ ਲਾਲਾ ਤੈਂ ਏਦਾਂ ਨਹੀਂ ਮੰਨਣਾ। ਬਾਬਾ ਸਾਡਾ ਕਹਿੰਦਾ ਵੀ ਨਹੀਂ ਮੈਂ ਤੈਨੂੰ ਹਟਾ ਕੇ ਹਟਣਾ, ਏਦਾਂ ਨਹੀਂ ਮੰਨਣਾ। ਕਹਿੰਦੇ ਵੇਖ ਲਾ ਇਹ ਖੇਡ ਅਸੀਂ ਨਾਲ ਹੀ ਲੈ ਜਾਵਾਂਗੇ, ਵੇਖ ਲਾ। ਬਾਬਾ ਕਹਿੰਦਾ ਨਹੀਂ ਮੈਂ ਤੈਨੂੰ ਨਹੀਂ ਇਸ ਪਾਸੇ ਲੱਗਣ ਦੇਣਾ, ਮੈਂ ਤੈਨੂੰ ਹਟਾ ਕੇ ਜਾ। ਫਿਰ ਕਹਿੰਦੇ ਲਾਲਾ ਤੈਨੂੰ ਉਦੋਂ ਦੇਖਾਂਗੇ ਕੁੜਦੇ ਨੂੰ ਜਦੋਂ ਤੇਰੇ ਪੁੱਤ ਤੇਰੀਆਂ ਅੱਖਾਂ ਦੇ ਸਾਹਮਣੇ ਫਕੀਰ ਬਣਨਗੇ, ਉਦੋਂ ਦੇਖਾਂਗੇ ਕੁੜਦੇ ਨੂੰ ਜਦੋਂ ਤੇਰੇ ਪੋਤੇ ਤੇਰੀਆਂ ਅੱਖਾਂ ਸਾਹਮਣੇ ਫਕੀਰ ਬਣਨਗੇ, ਫਿਰ ਦੇਖੂੰਗਾ ਤੂੰ ਕੁੜਦਾ। ਵਾਹ ਕੱਢ ਦਿੱਤੇ ਬਾਬਾ ਜੀ ਨੇ, ਪੁੱਤ ਤਾਂ ਤੁਸੀਂ ਲਾਡੀ ਸ਼ਾਹੀ ਦੇਖਿਆ ਹੀ ਆ, ਪੋਤਾ ਤੁਹਾਡੇ ਸਾਹਮਣੇ ਬੈਠਾ, ਹੋਰ ਵੀ ਦੋ ਕੁ ਚਿਹਰੇ ਆ ਮਗਰ ਛੇਵਾਂ ਸੱਚ ਇੱਕੋ ਘਰ, ਝੋਲੀਆਂ ਕਿਉਂ ਭਰਦੀਆਂ, ਝੋਲੀਆਂ ਤਾਂ ਭਰਦੀਆਂ ਬਾਬਾ ਸ਼ੇਰੇ ਸ਼ਾਹ ਜੀ ਜਿਹੜੇ ਸੀਗੇ ਪਾਕਿਸਤਾਨ ਤੋਂ ਆਏ ਸੀ, ਬਹੁਤ ਪੁੱਜੇ ਮਸਤ ਸੀ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਪਿਤਾ ਜੀ ਨਕੋਦਰ ਆ, ਉਹਨਾਂ ਨੂੰ ਲੈਣ ਵਾਸਤੇ ਆ ਗਏ। ਹੁਣ ਬਾਬਾ ਜੀ ਉਹਨਾਂ ਦੀ ਸੇਵਾ ਕਰਦੇ ਸੀ, ਉਹ ਘਰ ਦੇ ਲੈਣ ਆ ਗਏ, ਉਹ ਕਹਿੰਦੇ ਵੀ ਮੈਂ ਨਹੀਂ ਜਾਣਾ, ਮੇਰੀ ਵਿਦਿਆ ਸਾਗਰ ਨੇ ਬਹੁਤ ਸੇਵਾ ਕੀਤੀ ਹੈ, ਮੈਂ ਇਹਨੂੰ ਛੱਡ ਕੇ ਨਹੀਂ ਜਾਣਾ। ਉਹਨਾਂ ਦੇ ਘਰ ਦੇ ਬਾਬਾ ਜੀ ਦੀ ਮਿਹਨਤ ਕਰਨ ਲੱਗ ਪਏ, ਬਾਬਾ ਜੀ ਕਹਿੰਦੇ ਵੀ ਚਲੋ ਠੀਕ ਹੈ ਲੈ ਜਾਓ ਭਾਈ। ਬਾਬਾ ਜੀ ਜਾਣ ਲੱਗੇ ਇੱਕ ਵਾਰ ਦੇ ਕੇ ਗਏ ਬਾਬਾ ਜੀ ਨੂੰ, ਜਿਹਦਾ ਹੁਣ ਤੁਸੀਂ ਲੋਕ ਫਾਇਦਾ ਉਠਾ ਰਹੇ ਹਾਂ। ਉਹ ਕਹਿੰਦੇ ਜਾ ਤੇਰਾ ਨਾਂ ਇੱਥੋਂ ਵਿਦਿਆ ਸਾਗਰ ਨਹੀਂ, ਤੇਰਾ ਨਾਂ ਮੁਰਾਦ ਸ਼ਾਹ, ਮੁਰਾਦਾਂ ਦਿਆ ਕਰੇ, ਜੋ ਵੀ ਤੇਰੇ ਦਰ ਤੇ ਆਊ ਮੂੰਹ ਮੰਗੀਆਂ ਮੁਰਾਦਾਂ।
प्यार ना सुनो तो सुना फकीर किदा सजदे आ इतने पैरों को हथ लाने की लड़ ही नहीं पैंती जरा गेट के अंदर आ गया मन दिया मुरादा मिलदिया तीन वर्ल्ड कप हो तीन कबड्डी के इतों मुंडे मत्था टेक के गए छे ट्रैक्टर मेरे को आनंदपुर गड्डिया पिछले साल वाली भी मेरे को एसकी वाली भी मेरे को 15 मोटरसाइकिल मुंडिया ने चढ़ाए एल सी डिया घोड़िया गाइया ब्लैकन मुंडे कबड्डिया जित के लिए आ बहरले मुल्क नाम आ देख लो भरे पे कमरे मुंडे कबड्डी जित के गए इतों मत्था टेके जाते सुपर स्टार बनते हैं सुपर स्टार है ना मुंडे को पुछता नहीं सी आप करोड़ों से खेडन वाले बना दिए पुछता नहीं कोई कबड्डी वालों करोड़ों से खेडते इंग्लैंड का कप जित लिया हम कनेडा का जित के आ रहे हैं मुंडे वह भी इतने सजा देना मुझे इतों मत्था टेके जाते मन दिया मुरादा अपन बाबा की कहानी का बहुत अपलम पा लिया उधर भी जगह का इधर भी जगह का तारा वाली जगह का तेन भेद दसदा की आ लाडी छाई का तो छोटे जे होंगे बाबा जी जो अपनी लहर च होंगे बाबा मराज शाह जी मेरे डैडी घर चो ब्याहे सके वे लाडी छाई होना तो सारे तो मेरे डैडी वे वही ब्याहे थे घर चो साई हुई उदो छोटे छोटे होंगे सी मेरे डैडी को बाबा मराज शाह जी ने अपना मतवरना पुत बनाया जिदा गोद लिया पुत मतवरना पुत बनाया जो उन्होंने एंड टाइम आया बाबा जी ने मेरे डैडी कागज लिख के दिता मेला कराई धर्म पकाई मेरे जो भी है सारा अपना तो मेरे डैडी ने उसे लाया है जिते हम उधर जगह बनी बाबे मराज शाह जी की वो नाल तलाब का पानी हों भरती पा पा के तला बनाया मेरे डैडी वो हाथ ना करेगा मेरे डैडी बाबा जी उसे लैके आए जो शरीर छड़ना जी उन्होंने उदू पहला मेरे डैडी कहते रामदेव उत्थे सात टिटा रख दतियां कहते इतने मेरी बाजार बनानी है जो बाबा जी ने शरीर छड़ता बाजार बनाने लगे उत्थे लैके आंदा उत्थे बक्कर बोर्ड वाले आ गए उन्हें आने चुप करके बह जाओ उत्थे बक्का बोर्ड वाले ने रौला पा लिया भी इतने बाजार नहीं बन देनी बक्का बोर्ड की जगह ये अपना शमशान घाट है जिदा एक बरादरी का शमशान घाट हों जिते बैठे हैं इतने कबर होंगे कबर के उत्ते बैठे हैं सब मलिया मेट करती बहन की जगह बना दी ये शमशान घाट है बड़ा डेंजरस शमशान घाट है इतने कोई डरता हों नहीं चिर हूँ जाते नहीं मैं धक्के तोलता मैं रात में मिलता जा घर के कहते भी आप दरगाह बना दईए बक्कर बोर्ड वाले कितने ढा ढुआई ना कर देन भी चलो आप मजार उधर बना दें शमशान घाट च इतने बाबा जी की मजार बनाती बाबा जी ने दर्शन दिते एक माई नू बाबा जी ने मां बनाया जगह लगना तो सी
ਉਹੀ ਬਾਬਾ ਜੀ ਦੇ ਕੱਪੜੇ ਵਗੈਰਾ ਧੋ ਕੇ ਲਿਆਉਂਦੀ ਹੁੰਦੀ ਸੀ, ਉਹੀ ਰੋਟੀ ਪਾਣੀ ਲਿਆਉਂਦੀ ਹੁੰਦੀ ਸੀ ਉਹਨੂੰ ਦਰਸ਼ਨ ਦਿੱਤੇ ਰਾਤ ਨੂੰ। ਕਹਿੰਦੇ ਮਾਈ ਕਹਿੰਦੇ ਮੈਂ ਜੜਾ ਪੱਟ ਕੇ ਸੂਰਜ ਕਰ ਦੂੰ, ਕਹਿੰਦੇ ਤੈਨੂੰ ਕਿੱਥੇ ਕਿਹਾ ਸੀ ਮੇਰੀ ਜਗ੍ਹਾ ਬਣਾਉਣੀ, ਤੁਸੀਂ ਕਿੱਥੇ ਬਣਾਈ। ਹੁਣ ਮਾਈ ਕਹਿਣ ਲੱਗੀ ਜੀ ਬਾਬਾ ਜੀ ਉਹ ਬੱਕਾ ਬੋਰਡ ਵਾਲੇ ਆ ਗਏ ਸੀ, ਉਹਨਾਂ ਨੇ ਰੌਲਾ ਜਿਹਾ ਪਾ ਲਿਆ ਤਾਂ ਕਰਕੇ ਅਸੀਂ ਜਗ੍ਹਾ ਤੁਹਾਡੀ ਉੱਥੇ ਬਣਾ ਦਿੱਤੀ। ਕਹਿੰਦੇ ਮੇਰੀ ਉੱਥੇ ਵੀ ਜਗ੍ਹਾ ਬਣਾਓ। ਉਹ ਕਹਿੰਦੇ ਬਾਬਾ ਜੀ ਹੁਣ ਤੁਹਾਡੀ ਜਗ੍ਹਾ ਢਾ ਤਾਂ ਸਕਦੇ ਨਹੀਂ, ਤੁਸੀਂ ਸਾਨੂੰ ਫਿਰ ਢੰਗ ਦੱਸ ਦਿਓ। ਕਹਿੰਦੇ ਜਿੰਨੇ ਵਸਤਰ ਮੇਰੇ ਤੇਰੇ ਘਰੇ ਪਏ ਆ ਇੱਕ ਕੁੰਜੇ 'ਚ ਪਾ ਕੇ ਉੱਥੇ ਰੱਖ ਕੇ ਉੱਥੇ ਵੀ ਜਗ੍ਹਾ ਬਣਾਓ। ਉੱਥੇ ਬਾਬਾ ਜੀ ਦੇ ਵਸਤਰ ਰੱਖ ਕੇ ਜਗ੍ਹਾ ਬਣੀ ਆ। ਤਾਰਾਂ ਵਾਲੇ ਪੁੱਲ 'ਤੇ ਜਿਹੜੀ ਜਗ੍ਹਾ ਆ ਉੱਥੇ ਵਾਲੇ ਬਾਬੇ ਜਿਹੜੇ ਸੀ ਉਹ ਬਾਬਾ ਜੀ ਨੂੰ ਮਿਲਣ ਗਏ, ਆਉਂਦੇ ਇਹ ਵੀ ਚੱਲ ਜਾਂਦੇ। ਉਹਨਾਂ ਨੇ ਯਾਦ 'ਚ ਉਹਨਾਂ ਦਾ ਨਿਸ਼ਾਨਾ ਬਣਾਇਆ ਉੱਥੇ ਏਦਾਂ ਬਾਈ ਦੀ ਆ। ਹਾਈਕਮਾਨ ਦਫ਼ਤਰ ਇਹ ਅਸੀਂ ਨਹੀਂ ਚਾਹੁੰਦੇ ਸੀ ਸਾਡੇ ਕੋਲ ਇੱਦਾਂ ਲੋਕ ਆ ਕੇ ਬੈਠਣ। ਇੱਕ ਚਾਹ ਪੀਤੀ ਵੀ ਆ ਸਾਨੂੰ ਸਾਰੀ ਦਿਹਾੜੀ ਥਰਮੋਸ ਚਾਹ ਦੀ ਨਹੀਂ ਮੁੱਕਦੀ, ਹੋਰ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ ਜਾਂ ਸਿਗਰਟ ਪੀਣੀ ਹੈ।